ਇਖਤਿਆਰ ਸਿੰਘ, ਪਿੰਡ ਸ਼ਨੀਪੁਰ। ਮੈਂ ਸ਼ਮਾਸੀ ਦੇ ਸਾਹਮਣੇ ਨਿਰਵਾਣਾ ਕੰਪਲੈਕਸ ਵਿੱਚ ਇੱਕ ਨਿਊ ਸ਼ੋਪ ਓਪਨ ਕੀਤੀ ਹੈ, ਜਿਸ ਦਾ ਨਾਂ ਹੈ ਕਾਜਲ ਬੁਟੀਕ ਐਂਡ ਸਲੋਨ। ਇੱਥੇ ਹਰ ਤਰ੍ਹਾਂ ਦਾ ਸਲੋਨ ਦਾ ਕੰਮ, ਹਰ ਤਰ੍ਹਾਂ ਦਾ ਬੁਟੀਕ ਫੈਂਸੀ ਸੂਟ ਸਿਲਾਈ ਕੀਤੇ ਜਾਣਗੇ, ਔਰ ਸ਼ਹਿਰ ਨਾਲੋਂ ਸਸਤੇ ਤਰੀਕੇ ਨਾਲ, ਵਧੀਆ ਤਰੀਕੇ ਨਾਲ ਕਰਕੇ ਦਿੱਤੇ ਜਾਣਗੇ। ਮੇਰੇ ਸ਼ੋਪ ਦੀ ਓਪਨਿੰਗ ਮੇਰੇ ਬ੍ਰਦਰ ਬਾਬਾ ਰਾਮ ਜੀ ਦਾਸ ਗੜ੍ਹਦੀਵਾਲਾ ਬਾਡੀਵਾਲ ਵਾਲੇ ਨਾਲ ਸੰਤੋਸ਼ ਕੁਮਾਰ ਅਰੋੜਾ ਜੀ, ਜਿਨ੍ਹਾਂ ਨੇ ਮੇਰੀ ਸ਼ੋਪ ਦੀ ਓਪਨਿੰਗ ਕੀਤੀ ਹੈ। ਮੈਂ ਉਹਨਾਂ ਦਾ ਸੱਚੇ ਦਿਲੋਂ ਬਹੁਤ ਧੰਨਵਾਦ ਹਾਂ, ਔਰ ਆਈਆਂ ਸੰਗਤਾਂ ਦਾ ਵੀ ਬਹੁਤ ਸੱਚੇ ਦਿਲੋਂ ਧੰਨਵਾਦ ਹਾਂ। ਬਾਕੀ ਦਸੂਹਾ ਨਿਵਾਸੀਆਂ ਅੱਗੇ ਅਪੀਲ ਕਰਦਾ ਹਾਂ ਕਿ ਸਾਡੀ ਸ਼ੋਪ 'ਤੇ ਜ਼ਰੂਰ ਆਇਓ, ਸਾਡਾ ਕੰਮ ਦੇਖਿਓ, ਔਰ ਸਾਨੂੰ ਕੰਮ ਕਰਨ ਦਾ ਮੌਕਾ ਦਿਓ, ਅਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦੀ ਰਹਾਂਗਾ। ਅਤੇ ਸ਼ਮਾਨਸੀ ਦੇ ਸਾਹਮਣੇ ਨਿਰਵਾਣਾ ਕੰਪਲੈਕਸ ਹਾਂਡੀ ਹਾਊਸ ਦੇ ਬਿਲਕੁਲ ਲਾਗੇ। ਸਤਿ ਸ਼੍ਰੀ ਅਕਾਲ। ਮੈਂ ਸੰਤੋਸ਼ ਕੁਮਾਰ, ਅੱਜ ਕਾਜਲ ਬੁਟੀਕ ਅਤੇ ਸਲੂਨ ਦਾ ਉਦਘਾਟਨ ਕੀਤਾ। ਵਾਹਿਗੁਰੂ ਇਹਨੂੰ ਬਹੁਤ ਚੜ੍ਹਦੀਆਂ ਕਲਾਂ 'ਚ ਰੱਖਣ, ਅਤੇ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਆਸ਼ੀਰਵਾਦ ਆ। ਆਏ ਲੋਕਾਂ ਦਾ ਮੈਂ ਸਵਾਗਤ ਕਰਦਾ ਹਾਂ। ਮੇਰਾ ਨਾਂ ਸਿਮਰਨਜੀਤ ਕੌਰ। ਮੈਂ ਕਹਿਣਾ ਚਾਹੁੰਦੀ ਹਾਂ ਕਿ ਸਾਡੀ ਨਿਊ ਸ਼ੋਪ ਓਪਨ ਹੋਈ ਹੈ, ਵਿੱਚ ਵਿਦ ਸਲੂਨ ਅਤੇ ਬੁਟੀਕ ਦਾ ਕੰਮ, ਅਤੇ ਜੋ ਕੋਈ ਵੀ ਸੂਟ ਸਵਾਉਣਾ ਚਾਹੁੰਦਾ ਆ ਅਤੇ ਬਾਕੀ ਜੋ ਪਾਰਲਰ ਦਾ ਕੰਮ ਸਾਰਾ ਇੱਥੇ ਸੁਵਿਧਾ ਹੈਗੀ ਆ, ਅਤੇ ਕੋਈ ਵੀ ਚਾਹ ਵੰਨ ਧਿਆਨ ਕੇ ਕੰਮ ਆਪਣਾ ਕਰਵਾ ਸਕਦੇ ਹਾਂ। ਸਲੂਨ ਦੇ ਵਿੱਚ ਹੈਗੀ ਆ ਮੈਨੀਕਿਓਰ, ਪੈਡੀਕਿਓਰ, ਸਪਾ, ਰਿਬੌਂਡਿੰਗ, ਬ੍ਰਾਈਡਲ ਸਭ ਕੁਛ ਹੈ। ਜੇ ਆਉਣਾ ਹੋਵੇ ਤਾਂ ਦਸੂਹਾ ਰੋਡ 'ਤੇ ਮੈਕਡੋਨਲ ਦੇ ਨੇੜੇ ਆ, ਸਮਾਸ਼ੀ ਦੇ ਰੋਡ 'ਤੇ।